बिस्मिल्लाहिर्रहमानिर्रहीम अस्सलाम वालेकुम दोस्तों, तुसीं वेख रहे हो अतमार टीवी ते मैं तुहाडा दोस्त मंजूर अहमद। दोस्तों अज तुहाडे वास्ते लैके आया माशाल्लाह एक खूबसूरत ते नसलदार एक भैंस लैके आया। कैमरामैन मज वेखन दे, दोस्तों मज वेखन तो पहले साडे चैनल नूं सबसक्राइब करो, वीडियो नूं शेयर करो, लाइक करो, कमेंट करो ते बैल आइकन दा बटन जरूर प्रेस करो ताकि साडी हर नवी आवण वाली वीडियो तुहाडे तक बिल्कुल आसानी नाल पहुँच सके। दिखाओ मज फिर इहदी डिटेल मालक दिंदे इस पासे इधर नूं तोर जावां दोस्तों। बस बन छो कोई नहीं। लै जा बाहर लै जाओ जिद लै जाने लै जाओ चलो धूप तो छाँ तो कितना ही होगा, तस्वीर तो बड़ा फर्क है। मुहम्मद तारिक नाम है भाई दा, तारिक हडलेरा काउंट तो तालक रख देन हाजी मुहम्मद तारिक। 400 पूरा पिंड है मुसरेरा चक तहसील तांदलियां वाला जिला फैसलाबाद जिथे मज खड़ी है भाई तारिक साहब। ये मज देखो डिटेल सन दे मज कितना सुबह सोनी है ये जनाब जी मज दूसरा सुबह सोना दूसरा सुबह पक्का दूसरा सुबह सोना पक्का दूसरा सुबह ठीक हो गया। किन्ने एक दिन सोन लेंदे है ये तकरीबन ज्यादा तो ज्यादा 3-4 दिन तीन तो चार दिन मतलब कि तैयार है। हां तैयार है जी मेरे ख्याल नाल के एक दो दिन भी मतलब हां हो सकता है अल्लाह पाक दे कम्मा दा कुछ। हां बिल्कुल दोस्तों तैयार है, एक दिन ले जावे दो दिन ले जावे या कि अल्लाह बेहतर जानदा चार दिन भी ले जावे तैयार मजे ते एदी हुन दूसरा थना आलो बाकी सारा कुछ क्लियर है बिल्कुल साफ जी बेहतरीन पास कोई किसी किस्म दे प्रॉब्लम कोई जनाब कोई छट्टा नहीं कोई फुवारा नहीं कोई गड़बड़ नहीं थाने नु कोई मसला नहीं कोई मसला नहीं दूसरा सुबह पक्का सोना ही सुबह एक तो दो दिन लेंदी है।
ਠੀਕ ਹੈ ਤੇ ਇਹਦੀ ਹੁਣ ਡਿਮਾਂਡ ਫਾਈਨਲ ਜੀ ਡਿਮਾਂਡ ਜਿਹੜੀ ਆ ਗਈ ਉਹ ਕਿੰਨੀ ਫਾਈਨਲ ਡਿਮਾਂਡ ਜਿਹੜੀ ਪੱਕੀ ਜੀ ਦੱਸਣੀ ਨੇ ਤੁਹਾਡੇ ਲਈ ਮੈਨੂੰ ਭੇਜਿਆ ਹੈ ਹਾਜੀ ਰਸ਼ੀਦ ਸਾਹਿਬ ਨੇ ਤੇ ਅਮਜਦ ਭਾਈ ਨੇ ਅਟਕ ਤੋਂ ਉਹਨਾਂ ਨੇ ਬੜਾ ਸਪੈਸ਼ਲ ਤੁਹਾਡੇ ਲਈ ਭੇਜਿਆ ਮੈਨੂੰ ਠੀਕ ਹੈ ਨਾ ਸਾਡੇ ਉਹ ਬਜ਼ੁਰਗਾਂ ਮੋਹਤਰਾ ਮੈਣਗੇ ਤੇ ਸਾਡੇ ਉਸਤਾਦਾਂ ਦੀ ਮਾਰਫਤ ਨਾਲ ਕਰਨਾਨਾ ਚੈਨਲ ਹਾਜੀ ਮੁਹੰਮਦ ਅਲਫਾ ਸਾਹਿਬ ਦੀ ਮਾਰਫਤ ਨਾਲ ਤੁਹਾਡੇ ਨਾਲ ਹੱਲੇ ਆਇਆ ਉਂਝ ਤਾਂ ਇੱਕ ਦੂਸਰੇ ਨੂੰ ਆਪਾਂ ਅੱਗੇ ਵੀ ਜਾਣਦੇ ਹਾਂ ਪਤਾ ਹੀ ਹੈ ਨਾ ਆਂਦੇ ਅੰਦਰਾਂ ਨੇ ਬਾਈ ਸਕੰਦਰ ਤੁਹਾਡਾ ਬਿਲਕੁਲ ਗਵਾਂਡ ਇਹ ਸਾਡਾ ਬਾਈ ਅੰਦਰ ਕੋਲ ਅੰਦਰ ਹੈ ਲੇਕਿਨ ਤੁਹਾਡੇ ਕੋਲ ਸਪੈਸ਼ਲ ਸਾਨੂੰ ਭੇਜਿਆ ਗਿਆ ਸਹੀ ਤੇ ਇਹ ਸਪੈਸ਼ਲ ਭੇਜਣ ਤੇ ਸਾਡੀ ਇਹ ਕਦਰ ਕਰਨੀ ਜੇ ਕਿ ਸਾਨੂੰ ਜਿਹੜੇ ਨਾ ਕੋਈ ਕੀਮਤ ਪੱਕੀ ਜੀ ਦੱਸਣੀ ਹੈ ਬਾਰਲ ਪਤਾ ਕੀ ਹੈ ਇਹ ਬਸ ਉਹ ਵੀ ਸਾਡੇ ਬਾਈ ਹੈ ਤੁਸੀਂ ਵੀ ਸਾਡੇ ਬਾਈ ਹੋ ਜੀ ਔਰ ਜਿਹੜਾ ਨਾ ਪਿਆਰ ਮੁਹੱਬਤ ਉਹ ਕਰਕੇ ਉਹ ਵੀ ਤਾਂ ਮਨ ਕੀਮਤਾਂ ਹੁਣ ਤੁਹਾਡੇ ਸਾਹਮਣੇ ਚੰਗਾ ਚੰਗੀ ਮੈਂ ਦੀ ਹੁਣ ਆਪਾਂ ਜਿਤਨੀ ਵੀ ਤਾਰੀਫ ਕੀਤੀ ਜਾ ਰਹੀ ਹੈ ਨਾ ਬਿਲਕੁਲ ਮੈਂ ਤਾਂ ਤੁਸੀਂ ਵੇਖ ਲਈਏ ਕੈਮਰੇ ਆ ਦੇ ਵਿੱਚ ਰਿਕਾਰਡ ਹੈ ਸਾਰੀ ਦੁਨੀਆ ਵੇਖ ਲੈ ਬਿਲਕੁਲ ਕੀਮਤ ਤੁਸੀਂ ਬੋਲ ਸੋ ਬਾਕੀ ਗੱਲਾਂ ਮੈਂ ਬਾਅਦ ਵਿੱਚ ਕਰ ਸਕਾਂਗਾ ਠੀਕ ਹੈ ਜੀ ਕੀਮਤ ਜੀ ਆਪਾਂ ਤੁਹਾਡੇ ਨਾਲ ਪਿਆਰ ਮੁਹੱਬਤ ਕਰਕੇ 4 ਲੱਖ 4 ਲੱਖ ਰੁਪਇਆ ਇਹ ਡਿਮਾਂਡ 4 ਲੱਖ ਜੇ ਜਾਂ ਲੈਣਾ ਹੀ 4 ਲੱਖ ਇਸ ਤੋਂ ਘਟ ਨਹੀਂ ਇਹ ਜੀ ਡਿਮਾਂਡ ਹੈ ਤੁਹਾਡੀ 4 ਲੱਖ ਡਿਮਾਂਡ ਸਾਡੀ ਹੈ ਤੇ ਲੈਣਾ ਵੀ 4 ਲੱਖ ਨਹੀਂ 4 ਲੱਖ ਤਾਂ ਮੇਰੀ ਸਮਝ ਵਿੱਚ ਤਾਂ ਨਹੀਂ ਹੁੰਦਾ 4 ਲੱਖ ਵੀ ਢੇਰ ਸਾਰਾ ਹੁੰਦਾ ਮੱਜ ਮਾਸ਼ਾਅੱਲਾ ਇਹ ਨਹੀਂ ਮੈਂ ਆਂਦਾ ਕਿ ਮਾੜੀ ਹੈ ਤੁਹਾਡੀ ਮੱਜ ਨਹੀਂ ਤੁਸੀਂ ਮੱਜ ਨਹੀਂ ਵੇਖਦੇ ਮੱਜ ਵੇਖਦੇ ਆ ਬਿਲਕੁਲ ਰੋਜ਼ਾਨਾ ਕੰਮ ਹੀ ਹੈ ਮੈਂ ਵੀ ਮਤਲਬ ਇਹ ਚੈਨਲਾਂ ਉੱਤੇ YouTube ਤੇ ਵੇਖਦਾ ਰਹਿੰਦਾ ਇਹਨਾਂ ਇਸ ਤੋਂ ਮਾੜੀਆਂ ਮਾੜੀਆਂ ਮੱਜਾਂ ਜਿਹੜੀਆਂ ਹਨ ਉਹਨਾਂ ਮਤਲਬ 4 ਲੱਖ ਸਾਢੇ 4 ਲੱਖ ਦੀਆਂ ਵਿਕਦੀਆਂ ਪਈਆਂ ਉਹ ਇਹਦੇ ਤੋਂ ਮਾੜੀਆਂ ਵਿਕਦੀਆਂ ਮੋੜ ਆਪਾਂ ਇਹਨੂੰ 4 ਤੋਂ ਗਣਿਆ ਦੀ ਵੇਚੀਏ ਆਪ ਇਹ ਤਾਂ ਯਾਰ ਵੇਖੋ ਨਾ ਤੁਸੀਂ ਆਖਿਆ ਵੀ ਇਤਨੇ ਬੰਦਿਆਂ ਦਾ ਤੁਸੀਂ ਹਵਾਲਾ ਦਿੱਤਾ ਹਾਂਜੀ ਇਤਨੇ ਬੰਦਿਆਂ ਦੇ ਹਵਾਲਾ ਦੇ ਕੇ ਫਿਰ ਉਸ ਤੋਂ ਬਾਅਦ ਬੰਦਾ ਫਿਰ ਅੱਛਾ ਨਹੀਂ ਲੱਗਦਾ ਚਲੋ ਉਹਨਾਂ ਦੇ ਹਵਾਲੇ ਨਾਲ ਹੁਣ ਸਾਨੂੰ ਪੱਕੀ ਜੀ ਗੁੰਜਾਇਸ਼ ਦੱਸੋ ਕਿ ਤੁਸੀਂ ਉਹਨਾਂ ਕਨਫਰਮ ਇਹਦੇ ਜਿੰਨੀ ਕੀਮਤ ਜਿੱਥੋਂ ਗੁੰਜਾਇਸ਼ ਕਰਕੇ ਇੱਜ਼ਤ ਮੁਹੱਬਤ ਕਰਕੇ ਤੁਸੀਂ ਜਿੰਨੇ ਦੀ ਦੇਣੀ ਹੈ ਕਿ ਉਹ ਤੁਸੀਂ ਫਾਈਨਲ ਜੀ ਕੀਮਤ ਜਿਹੜੀ ਹੈ ਨਾ ਯਾਨੀ ਪਿਆਰ ਮੁਹੱਬਤ ਉਹ ਤੁਹਾਡੇ ਨਾਲ ਪਹਿਲੇ ਕਰ ਲਿਆ ਠੀਕ ਹੋ ਸਮਝ ਆ ਗਈ ਜਿਹੜੀ ਹੈ ਨਾ ਯਾਨੀ ਕੋਈ 2-4 ਹਜ਼ਾਰ ਦਾ ਤਾਂ ਕੋਈ ਨਹੀਂ ਹੈ ਆ ਬਿਲਕੁਲ ਸਮਝ ਆ ਗਈ ਉਹ ਤਾਂ ਕਿਸੇ ਵੀ ਲੱਗਦੇ ਨੂੰ ਬੰਦਾ 2-4 ਲੱਖਾਂ ਚ 2-4 ਹਜ਼ਾਰ ਨਹੀਂ ਛੱਡਿੰਦੇ ਹੁੰਦੇ ਲੱਖਾਂ ਚ ਹਜ਼ਾਰਾਂ ਦੀਆਂ ਗੇਮਾਂ ਹੁੰਦੀਆਂ 2-4 ਬਾਰਲ ਪਤਾ ਕੀ ਹੈ ਚੀਜ਼ ਇਹ ਹੈ ਵੀ ਚੀਜ਼ ਚੰਗੀ ਹੈ ਚੀਜ਼ ਚੰਗੀ ਵੀਡੀਓ ਲੰਬੀ ਹੋ ਜਾਣੀ ਹੈ ਤੁਸੀਂ ਨਾ ਆਪਣਾ ਫਾਈਨਲ ਜਿਹਾ ਦੱਸੋ ਰੇਟ ਕਿ ਤੁਹਾਨੂੰ ਜਿੱਥੇ ਐਂਡ ਸਮਝ ਚ ਆਉਂਦਾ ਹੈ ਨਾ ਅੱਗੇ ਫਿਰ ਦੋਸਤਾਂ ਦਾ ਨਸੀਬ ਜਿੱਥੇ ਫਿਰ ਕੋਈ ਫਾਈਨਲ ਹੋਊਗੀ ਤੁਸੀਂ ਆਪਣੀ ਫਾਈਨਲ 390 ਤੋਂ ਘਟ ਨਹੀਂ 390 ਤੋਂ ਘਟ ਨਹੀਂ ਬਿਲਕੁਲ ਫਾਈਨਲ ਰੇਟ ਹੈ ਕੋਈ ਇਹਦੇ ਵਿੱਚ ਹੋਰ ਕੋਈ ਦੋਸਤ ਪਸੰਦ ਕਰਦਾ ਹੈ ਜਦੋਂ ਆਉਂਦਾ ਜਾਂ ਕੋਈ ਕਿਰਾਇਆ ਕੋਈ ਹੋਰ ਗੁੰਜਾਇਸ਼ ਹੋਸੀ ਕੇ ਦੇ ਵਿੱਚੋਂ ਯਾਰ ਉਹ ਫਿਰ ਜਿਵੇਂ ਸੂਰਤਿਆਲ ਹੋਈ ਉਸ ਦੇ ਹਾਂ ਮਤਲਬ ਕਿ ਵਕਤ ਦੇ ਲਿਆਸ ਨਾਲ ਹੈ ਸਹੀ ਉਮੀਦ ਯਾਰ ਮੁੜ ਹੁਣ ਦੁਨੀਆ ਉਮੀਦ ਤੇ ਕਾਇਮ ਹੈ ਕੋਈ ਉਮੀਦ ਹੈ ਕਿ ਇਨਸ਼ਾਅੱਲਾ ਗੁੰਜਾਇਸ਼ ਹੋਸੀ ਕੀ ਠੀਕ ਹੈ ਆਪਣਾ ਨੰਬਰ ਜਿਹੜਾ ਵੇ ਤੁਸੀਂ ਦਿਓ ਨਾ ਨੰਬਰ ਬਾਈ ਜੀ 0340076705 0340076705 ਠੀਕ ਹੈ ਦੋਸਤੋ ਨੰਬਰ ਬਾਈ ਤਾਰਿਕ ਦਾ ਆਈ ਸਾਹਿਬ ਦਾ ਤੁਹਾਨੂੰ ਦਿੱਤਾ ਹੈ ਮੱਝ ਦੇ ਹੁਣ ਆਉਂਦੇ ਹਾਂ ਬਾਕੀ ਹੁਣ ਕੀਮਤ ਤੇ ਹੋ ਗਈ ਹੈ ਨਾ ਜਿਹੜੀ ਵੀ ਉਹਨਾਂ ਨੇ ਡਿਮਾਂਡ ਕਰਨੀ ਸੀ ਜਾਂ ਫਾਈਨਲ ਕਰਨੀ ਬਾਕੀ ਦੋਸਤੋ ਮੱਝ ਮਾਸ਼ਾਅੱਲਾ ਹਰ ਪਾਸੋਂ ਕਿਸੇ ਪਾਸੋਂ ਨਿੰਦਣ ਦੀ ਕੋਈ ਨਹੀਂ ਹਰ ਪਾਸੋਂ ਖੂਬਸੂਰਤ ਬਾਕੀ ਆਈ ਸਾਹਿਬ ਤੁਸੀਂ ਮਾਲਕਾਂ ਕੋਲ ਪੁੱਛੇ ਉਹਨਾਂ ਦੇ ਕੋਈ ਪਹਿਲੇ ਰਿਕਾਰਡ ਕੋਈ ਦੱਸ ਦੇਣ ਜਿਹੜੇ ਜੀ ਮਾਲੇ ਕਹਿਣ ਨਾ ਉਹਨਾਂ ਕਿਹਾ ਪਹਿਲਾਂ ਉਹ ਕਿ ਨਮਾਜ਼ 18 ਤੋਂ 20 ਕਿਲੋ ਦੁੱਧ ਦਿੰਦੀ ਰਹੀ ਸਾਡੇ ਪਹਿਲਾਂ ਹੋ ਕੇ 18 ਤੋਂ 20 ਦਿੰਦੀ ਰਹੀ ਹੋਵੇ ਤਾਂ ਮੁੜ ਤਾਂ ਮੈਂ ਚਾਰ ਆਪਾਂ ਤੁਹਾਨੂੰ ਕੀ ਵੇਖੋ ਨਾ ਮੈਂ ਉਹੀ ਗੱਲ ਕੀਤੀ ਨਾ ਤੁਹਾਨੂੰ ਅੱਗੇ ਕਿ ਪਿਆਰ ਤੁਸੀਂ ਕਿਹਾ ਵੀ ਇਤਨੇ ਬੰਦਿਆਂ ਦਾ ਤੁਸੀਂ ਹਵਾਲਾ ਦਿੱਤਾ ਹਾਜੀ ਰਫਾ ਸਾਹਿਬ ਦਾ ਬੜੇ ਪਿਆਰ ਮੁਹੱਬਤ ਜੀ ਜੀ ਬਿਲਕੁਲ ਭਾਈ ਹਾਜੀ ਰਸ਼ੀਦ ਸਾਹਿਬ ਯਾਨੀ ਇਹ ਉਹ ਲੋਕ ਹਨ ਉਹਨਾਂ ਤੁਹਾਨੂੰ ਭੇਜਿਆ ਹੈ ਬਿਲਕੁਲ ਠੀਕ ਹੈ ਉਹਨਾਂ ਦੀ ਵਸਾਤ ਨਾਲ ਤੁਸੀਂ ਆਏ ਨੇ ਔਰ ਉਹਨਾਂ ਦੀ ਵਜ੍ਹਾ ਤੋਂ ਹੀ ਤੁਸੀਂ 4 ਲੱਖ ਕੇ ਠੀਕ ਹੋ ਗਿਆ ਚਲੋ ਅੱਲਾ ਖੈਰ ਕਰੇ ਬਾਕੀ ਦੋਸਤੋ ਮੱਝ ਜਲੋ ਮੱਝ ਚ ਕਮੀ ਕੋਈ ਨਹੀਂ ਹਰ ਪਾਸੋਂ ਮੂੰਹ ਵੱਲੋਂ ਅੱਖਾਂ ਵੱਲੋਂ ਅੱਖਾਂ ਕਾਲੀਆਂ ਹੀ ਸੁ ਗਿਆ ਮੂੰਹ ਬਿਲਕੁਲ ਸੋਹਣਾ ਸੁ ਤੇ ਸਿਹਤਮੰਦ ਚੰਗੀ ਤਗੜੀ ਮੱਝ ਹੈ ਉਸ ਵਾਰ ਕੇ ਲਿਬਾਸ ਬੜਾ ਸੋਹਣਾ ਬਣਾਇਆ ਸੁਥਾਨ ਦੇ ਵਿਰਲਾ ਸੋਹਣੇ ਮੁੱਠੀ ਭਰ ਥਾਣ ਇਸ ਬੜਾ ਸੋਹਣਾ ਥਾਣ ਲੱਗਾ ਇਸ ਤੇ ਦੋ ਬਾਕੀ ਨਸੀਬ ਮੁਕੱਦਰ ਦੇ ਦੋ ਦੋ ਗੇਟ ਵੀ ਹਾਂਜੀ ਇਹ ਦੋ ਦੋ ਗੇਟ ਫੁੱਟਾਂ ਦੇ ਹਿਸਾਬ ਨਾਲ ਤੁਸੀਂ ਲਾ ਲਵੋ ਮਾਸ਼ਾਅੱਲਾ ਇਹਨੂੰ ਜਿਹੜਾ ਨਾ ਵੀਰਾ ਲਈ ਸਕੇ ਬਾਕੀ ਅੱਲਾ ਨਸੀਬਾਂ ਚ ਕਰੇ ਮੱਝ ਮਾਸ਼ਾਅੱਲਾ ਹਰ ਪਾਸੋਂ ਅੱਛੀ ਹੈ ਨਸਲਦਾਰ ਹੈ ਤੇ ਦੁੱਧ ਦੇਵਣ ਵਾਲੀ ਮੱਝ ਹੈ ਬਾਕੀ ਜਿਸ ਕਿਸੇ ਮੇਰੇ ਦੋਸਤ ਭਾਈ ਨੂੰ ਅਗਰ ਆਉਂਦੀ ਹੈ ਸਮਝ ਦੇ ਵਿੱਚੋਂ ਨਾ ਬਾਕੀ ਦੂਸਰੀ ਗੱਲ ਖਾਸ ਰਾਵੀ ਦੀ ਦਰਿਆ ਰਾਵੀ ਦੀ ਖਾਸ ਦਰਿਆ ਦੇ ਮਨ ਤੋਂ ਦੱਸਦਾ ਹਾਂ ਜੀ ਦਰਿਆ ਦੇ ਮਨ ਰਾਵੀ ਦਰਿਆ ਦੇ ਮਨ ਤੋਂ ਲੈ ਕੇ ਆਏ ਤੇ ਰਾਵੀ ਨਸਲ ਦੀ ਖਾਸ ਮੱਝ ਹੈ ਬਾਕੀ ਠੀਕ ਹੈ ਦੋਸਤੋ ਅਗਰ ਤੁਹਾਨੂੰ ਕਿਸੇ ਦੋਸਤ ਮੇਰੇ ਭਾਈ ਨੂੰ ਸਮਝ ਚਾਹੁੰਦੀ ਤੇ ਭਾਈ ਆਜ ਸਾਹਿਬ ਨਾਲ ਰابطਾ ਕਰ ਸਕਦੇ ਹੋ ਜਾਂ ਮੇਰੇ ਨਾਲ ਰابطਾ ਕਰਕੇ ਤੁਸੀਂ ਖਰੀਦ ਸਕਦੇ ਹੋ ਠੀਕ ਹੈ ਦੋਸਤੋ ਅਗਲੀ ਵੀਡੀਓ ਤੱਕ ਦੇਵੋ ਇਜਾਜ਼ਤ ਖੁਦਾ ਹਾਫਿਜ਼